वीडियो नु कर दो लाइक, अपने चैनल नु कर लो सब्सक्राइब, न्यू अपडेट वीडियो ले बेल आइकन। हेलो सत श्री अकाल, तुहाडे अपने चैनल दे टेक्निकल मोबाइल ते सारेयां दा स्वागत करदा। जेड़ा इस वीडियो दे विच मैं टॉपिक कवर करन जा रहा वो है कि तुसी कैवें अपनी वीडियो की अडैक्टिंग वक्त तुसी बैकग्राउंड नू कैवें चेंज कर सकदे हो, ब्लर कर सकदे हो, एच डी क्वालिटी कर सकदे हो। जिवें तुसी यूट्यूब दे क्रिएटर हो या तुसी टिकटॉक दे क्रिएटर हो, तुसी वीडियो दे अडैक्टिंग वक्त सिर्फ फोन तो ही तुसी अपनी वीडियो का जिहड़ा बैकग्राउंड है उसनू अलग अलग डिफरेंस दा कलर नाल हिसाब नाल सैट कर सकदे हो। अपनी वीडियो का जिहड़ी अडैक्टिंग वक्त तुसी कैवें अपनी फिल्टर नू चेंज कर सकदे हो, अपनी वीडियो का बैकग्राउंड नू जिवें आपां फोटो की कोई अडैक्टिंग करन दे वक्त ते आपां कोई बैकग्राउंड नू फिल्टर करदे हां, एवें ही आपां वीडियो की अडैक्टिंग वक्त वीडियो की बैकग्राउंड नू चेंज कर सकदे हां। तो तुहानू कोई भी यूट्यूब ते एवें दी वीडियो नहीं मिलेगी, तुसी आपां सर्च भी कर सकदे हो, काइन मास्टरी मिलेगा तुहानू ऑप्शन। ते आपां ज़्यादा ना बकवास करदे इस वीडियो नू शुरू करदे हां। पहले तुसी चल जाना प्ले स्टोर दे विच, प्ले स्टोर विच जांदे तुसी सर्च करना है VSCO। ਜਦੋਂ ਇਹਨੂੰ ਤੁਸੀਂ ਸਰਚ ਕਰਦੇ ਹੋ ਕੁਛ ਐਵੇਂ ਦਾ ਇੰਟਰਫੇਸ ਮਿਲੂਗਾ ਤੁਹਾਨੂੰ, ਅਤੇ ਇੱਕ ਅਮੇਜਿੰਗ ਐਪਲੀਕੇਸ਼ਨ ਹੈ ਤੁਹਾਡੇ ਲਈ। ਬਹੁਤ ਹੀ ਮੁਸ਼ਕਿਲ ਨਾਲ ਮੈਂ ਲੱਭ ਕੇ ਲਿਆ ਪਲੇ ਸਟੋਰ ਦੇ ਵਿੱਚ ਸਰਚ ਕਰਦੇ ਕਰਦੇ ਤੁਹਾਡੇ ਲਈ। ਇਸ ਵੀਡੀਓ ਨੂੰ ਕਰ ਦਿਓ ਲਾਈਕ, ਤੁਸੀਂ ਕਿਵੇਂ ਇਸ ਐਪਲੀਕੇਸ਼ਨ ਨੂੰ ਯੂਜ਼ ਕਰਨਾ ਅਤੇ ਵੀਡੀਓ ਨੂੰ ਦੇਖਦੇ ਰਹੋ, ਫੁੱਲ ਸਕਿੱਪ ਨਾ ਕਰਿਓ। ਮੈਂ ਇੰਸਟਾਲ ਕਰ ਰੱਖਿਆ ਪਹਿਲਾਂ ਤੋਂ, ਤੁਸੀਂ ਇਸ ਨੂੰ ਇੰਸਟਾਲ ਕਰ ਲੈਣਾ। ਜਦੋਂ ਇਸ ਨੂੰ ਓਪਨ ਕਰੋਗੇ ਤੁਹਾਡੇ ਲਈ ਕੁਛ ਐਵੇਂ ਦਾ ਇੰਟਰਫੇਸ ਮਿਲੂਗਾ ਤੁਹਾਨੂੰ। ਜਦੋਂ ਇਸ ਨੂੰ ਓਪਨ ਕਰ ਲਓਗੇ ਤੁਹਾਡੇ ਕੋਲ ਦੋ ਆਪਸ਼ਨ ਮਿਲਣਗੇ, ਟੇਕ ਏ ਫੋਟੋ, ਇੰਪੋਰਟ ਯੂਰ ਫੋਟੋ। ਤੁਸੀਂ ਦੂਜੇ ਨੰਬਰ 'ਤੇ ਕਲਿੱਕ ਕਰਨਾ ਹੈ ਇੰਪੋਰਟਡ ਯੂਰ ਫੋਟੋ 'ਤੇ। ਤੁਸੀਂ ਇੱਥੇ ਦੋ ਆਪਸ਼ਨ ਮਿਲਣਗੇ ਤੁਹਾਨੂੰ ਜਦੋਂ ਤੁਸੀਂ ਓਪਨ ਕਰੋਗੇ, ਸਿਲੈਕਟ ਕਰਕੇ ਇਮੇਜ ਐਂਡ ਵੀਡੀਓ ਜਦੋਂ ਕਲਿੱਕ ਕਰੋਗੇ, ਇੱਥੇ ਤੁਸੀਂ ਆਪਦੀ ਫੋਟੋ ਦਾ ਵੀ ਬੈਕਗਰਾਊਂਡ ਨੂੰ ਫਿਲਟਰ ਚੇਂਜ ਕਰ ਸਕਦੇ ਹੋ ਆਪਦੀ ਇਮੇਜ ਨੂੰ। ਨਾਲ ਨਾਲ ਤੁਸੀਂ ਇੱਥੇ ਵੀਡੀਓ ਦਾ ਵੀ ਆਪਸ਼ਨ ਮਿਲ ਜਾਂਦਾ ਕਿ ਤੁਸੀਂ ਵੀਡੀਓ ਦਾ ਵੀ ਬੈਕਗਰਾਊਂਡ ਚੇਂਜ ਕਰ ਸਕਦੇ ਹੋ, ਐਚ ਡੀ ਕਰ ਸਕਦੇ ਹੋ, ਫਿਲਟਰ ਚੇਂਜ ਕਰ ਸਕਦੇ ਹੋ ਆਪਦੇ ਹਿਸਾਬ ਨਾਲ ਆਪਦੀ ਵੀਡੀਓ ਦਾ ਜਿਹੜਾ ਬੈਕਗਰਾਊਂਡ ਨੂੰ। ਅਤੇ ਮੈਂ ਕੋਈ ਵੀਡੀਓ ਨੂੰ ਸਿਲੈਕਟ ਕਰ ਲੈਂਦਾ, ਮੰਨ ਕੇ ਚਲੋ ਮੈਂ ਇਹ ਪਹਿਲੀ ਫਸਟ ਵੀਡੀਓ ਨੂੰ ਸਿਲੈਕਟ ਕਰਦਾ 15 ਸੈਕਿੰਡ ਵਾਲੀ ਨੂੰ। ਜਦੋਂ ਮੈਂ ਇਹਨੂੰ ਸਿਲੈਕਟ ਕਰਦਾ ਐਡ ਵੀਡੀਓ 'ਤੇ ਕਲਿੱਕ ਕਰਨਾ, ਜਦੋਂ ਇਹਨੂੰ ਮੈਂ ਸਿਲੈਕਟ ਕਰ ਲੈਣਾ ਤੁਹਾਨੂੰ ਇੱਥੇ ਬਹੁਤ ਸਾਰੇ ਆਪਸ਼ਨ ਮਿਲਣਗੇ। ਧਿਆਨ ਨਾਲ ਵੇਖਣਾ ਕਿ ਤੁਸੀਂ ਇਸ ਵੀਡੀਓ ਦਾ ਜਿਹੜਾ ਬੈਕਗਰਾਊਂਡ ਉਹ ਕਿਵੇਂ ਚੇਂਜ ਹੋਊਗਾ। ਸਭ ਤੋਂ ਪਹਿਲਾਂ ਤੁਹਾਡੇ ਵੇਖਣਾ ਕਿ ਇਹ ਬੈਕਗਰਾਊਂਡ ਕਿਵੇਂ ਦਾ ਹੈ, ਬਹੁਤ ਹੀ ਹਨੇਰਾ ਪਿੱਛੇ। ਤੁਸੀਂ ਵੇਖ ਸਕਦੇ ਹੋ ਕਿ ਇੱਥੇ ਬਹੁਤ ਸਾਰੇ ਆਪਸ਼ਨ ਨੇ। ਜਦੋਂ ਮੈਂ ਦੂਜੇ, ਤੁਹਾਨੂੰ ਇੱਥੇ ਆਪਸ਼ਨ ਮਿਲਣਗੇ, ਤੁਸੀਂ ਦੂਜੇ ਨੰਬਰ 'ਤੇ ਚਲ ਜਾਣਾ। ਇੱਥੇ ਕੋਂਟਰਾਸਟ, ਤੁਸੀਂ ਕਈ ਸਾਰੇ ਆਪਸ਼ਨ ਮਿਲ ਜਾਂਦੇ ਨੇ, ਤੁਸੀਂ ਇੱਥੇ ਕਲਿੱਕ ਕਰੋਗੇ ਅਤੇ ਤੁਸੀਂ ਆਪਦੇ ਹਿਸਾਬ ਨਾਲ ਬੈਕਗਰਾਊਂਡ ਨੂੰ ਚੇਂਜ ਕਰ ਸਕਦੇ ਹੋ, ਫਿਲਟਰ ਚੇਂਜ ਕਰ ਸਕਦੇ ਹੋ ਬੈਕਗਰਾਊਂਡ। ਧਿਆਨ ਨਾਲ ਵੇਖਣਾ ਤੁਸੀਂ ਕਿਵੇਂ ਚੇਂਜ ਹੋ ਰਿਹਾ ਇਸ ਵੀਡੀਓ ਦਾ ਬੈਕਗਰਾਊਂਡ। ਤੁਸੀਂ ਬਹੁਤ ਹੀ ਆਪਸ਼ਨ ਮਿਲ ਜਾਂਦੇ, ਤੁਸੀਂ ਆਪਦੇ ਹਿਸਾਬ ਨਾਲ ਸਿਲੈਕਟ ਕਰ ਕਰਕੇ ਆਪਦਾ ਬੈਕਗਰਾਊਂਡ ਨੂੰ ਚੇਂਜ ਕਰ ਸਕਦੇ ਹੋ। ਦੇਖ ਸਕਦੇ ਹੋ ਕਿਵੇਂ ਇਸ ਵੀਡੀਓ ਦਾ ਜਿਹੜਾ ਬੈਕਗਰਾਊਂਡ ਚੇਂਜ ਹੋ ਰਿਹਾ ਹੈ। ਬਹੁਤ ਹੀ ਅਮੇਜਿੰਗ ਐਪਲੀਕੇਸ਼ਨ, ਬਹੁਤ ਹੀ ਜ਼ਬਰਦਸਤ ਐਪਲੀਕੇਸ਼ਨ, ਅਤੇ ਮੈਂ ਇਸ ਐਪਲੀਕੇਸ਼ਨ ਦਾ ਬਹੁਤ ਜ਼ਿਆਦਾ ਯੂਜ ਕਰਦਾ। ਬਹੁਤ ਹੀ ਐਚ ਡੀ ਕੁਆਲਿਟੀ ਵੀਡੀਓ, ਐਂਡ ਤੁਸੀਂ ਕਿਵੇਂ ਆਪਦੇ ਹਿਸਾਬ ਨਾਲ ਵੀਡੀਓ ਦੀ ਅਡੈਕਟਿੰਗ ਕਰ ਸਕਦੇ ਹੋ, ਚੇਂਜ ਕਰ ਸਕਦੇ ਹੋ। ਇੱਥੇ ਬਹੁਤ ਸਾਰੇ ਆਪਸ਼ਨ ਮਿਲ ਜਾਂਦੇ ਨੇ, ਤੁਸੀਂ ਬਹੁਤ ਹੀ ਅੱਛੀ ਵੀਡੀਓ ਕੁਆਲਿਟੀ ਬਣਾ ਸਕਦੇ ਹੋ, ਐਚ ਡੀ ਬਲਰ, ਬਹੁਤ ਸਾਰੇ ਆਪਸ਼ਨ ਮਿਲ ਜਾਂਦੇ ਨੇ। ਅਧਿਕ ਜਾਣਕਾਰੀ ਦੇ ਲਈ ਤੁਹਾਡੀ ਐਪਲੀਕੇਸ਼ਨ ਤੁਸੀਂ ਜਦੋਂ ਇੰਸਟਾਲ ਕਰ ਲਓਗੇ, ਓਪਨ ਕਰ ਲਓਗੇ, ਫਿਰ ਹੀ ਤੁਹਾਨੂੰ ਸਮਝ ਆਊਗਾ ਕਿ ਤੁਸੀਂ ਕਿਵੇਂ ਇਸ ਦਾ ਐਪਲੀਕੇਸ਼ਨ ਦਾ ਯੂਜ ਕਰਨਾ ਹੈ। ਬਸ ਮੈਂ ਐਵੇਂ ਦੀ ਨਵੀਆਂ ਵੀਡੀਓ ਲਾਉਣਾ ਰਹਿੰਦਾ, ਅਪਲੋਡ ਨੈਕਸਟ ਅਪਡੇਟ ਦੇ ਜ਼ਰੀਏ, ਐਪਲੀਕੇਸ਼ਨ ਰਿਵਿਊ ਦੇ ਜ਼ਰੀਏ। ਅਤੇ ਬਸ ਇਸ ਵੀਡੀਓ ਨੂੰ ਕਰ ਦਿਓ ਲਾਈਕ, ਮਿਸ ਹੀ ਕਰਨਾ ਚੈਨਲ ਨੂੰ ਸਬਸਕ੍ਰਾਈਬ, ਨਾਲ ਹੀ ਬੈਲ ਆਈਕਨ ਨੂੰ ਕਰ ਲਓ ਪ੍ਰੈਸ, ਜਦੋਂ ਵੀ ਮੈਂ ਨਵੀਂ ਵੀਡੀਓ ਅਪਡੇਟ ਦੇ ਜ਼ਰੀਏ, ਐਪਲੀਕੇਸ਼ਨ ਰਿਵਿਊ ਦੇ ਜ਼ਰੀਏ, ਗਿਵਵੇ ਦੇ ਰਿਲੇਟਡ, ਟ੍ਰਿਕ ਦੇ ਰਿਲੇਟਡ ਜਦੋਂ ਵੀ ਵੀਡੀਓ ਅਪਲੋਡ ਕਰਾਉਂਦਾ ਤੁਹਾਡੇ ਕੋਲ ਵੀਡੀਓ ਨੈਕਸਟ ਵੀਡੀਓ ਅਪਲੋਡ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਤੁਹਾਡੇ ਫੋਨ ਦੇ ਵਿੱਚ। ਇਸ ਵੀਡੀਓ ਨੂੰ ਕਰ ਦਿਓ ਲਾਈਕ, ਕਰੋ ਕਮੈਂਟ, ਕਰ ਦਿਓ ਵੀਡੀਓ ਨੂੰ ਸ਼ੇਅਰ, ਕਮੈਂਟ ਕਰਕੇ ਦੱਸਿਓ ਕਿਵੇਂ ਦੀ ਵੀਡੀਓ ਲੱਗੀ। ਗੁੱਡ ਬਾਏ, ਲਵ ਯੂ।